कुर्सी की लड़ाई पिछे कांग्रेस ने इस संकट इस महामारी के मौके पंजाब नूं बिल्कुल लावारस छड़ता। ये मुख्यमंत्री ते प्रधान उदों ही बनोगे जे लोग रहणगे, जे लोग ही ना रहे तुसीं कादे मुख्यमंत्री कीदे मुख्यमंत्री बनोगे। वेंटीलेटर जिहड़े ने फरीदकोट के हस्पताल दे विच कबाड़ च पए ने, जिहड़े प्रधानमंत्री केयर दे पैसे नाल आए सी, कहिंदे जी चलाउण वास्ते साडे कोल बंदे है नहीं। मुख्यमंत्री अपडेट नहीं करूगा किन्ने जिहड़े ने मरीज आए ने, किन्ने पॉजिटिव ने, किन्ना पॉजिटिविटी रेट आ, ऑक्सीजन किन्नी है। नो, उत्थे कांग्रेस वालों तो अपडेट यही होगी चंडीगढ़ च फलाने के घरें 4 मिले, फलाने के घरें 5 मिले, फलाने के घरें 6 मिले, सिद्धू ने ऐ कहता, बाजवा ने ऐ कहता, चन्नी ने ऐ कहता। ये लड़ाइया भाई बाद च लड़ लियो, पहला लोगों की सेहत का ख्याल करो। कादी फतेह किट है मैं समझो उ की है, कुछ नहीं है। वह एवें आपदे वालों इन्होंने वो डॉक्टर जोड़े पिछले साल रखे से, नर्सा जोड़े हैल्थ वर्कर, 3 महीनों का कॉन्ट्रैक्ट करके 3 महीनों बाद कढ़ते हो, कहिंदे मिशन फतेह जिहड़ा है वह कंप्लीट हो गया, करोना खत्म, जाओ आपदे आपदे घरां नूं। पंजाब च करोना दे वधदे मामले देख के विरोधी पार्टियां लगातार कैप्टन सरकार नूं घेर रहियां ने, उन्हां वल्लों कैप्टन सरकार ते सवाल उठाए जा रहे ने। अजिहे च संगरूर तों संसद मैंबर भगवंत मान वल्लों करोना महामारी नूं लै के स्थिति दा जायजा लैण लई डिप्टी कमिश्नर रामबीर नाल संगरूर च मुलाकात की गई है। इस दौरान मान ने मीडिया नाल गलबात करदिआं कहा कि अज पंजाब दे लोकां नूं मुख्यमंत्री दी खास लोड़ है, पर कैप्टन अमरिंदर सिंह महलां च बैठे ने, जबकि कांग्रेस दे मंत्री ते विधायक कुर्सी हथियाउण लई लड़ाई कर रहे ने। उन्हां सियासी आगूआं नूं सियासत तों उपर उठ के करोना महामारी च लोकां दा साथ देण दी अपील भी कीती। ਕਿਹਨਾਂ ਸੱਤ ਆ ਕੇ ਇਹ ਕੁਰਸੀ ਦੀ ਲੜਾਈ ਲੜੀ ਜਾਂਦੇ ਆ, ਕੁਰਸੀ ਦੀ ਲੜਾਈ ਪਿੱਛੇ ਕਾਂਗਰਸ ਨੇ ਇਸ ਸੰਕਟ ਇਸ ਮਹਾਮਾਰੀ ਦੇ ਮੌਕੇ ਪੰਜਾਬ ਨੂੰ ਬਿਲਕੁਲ ਲਾਵਾਰਸ ਛੱਡਤਾ, ਸੁੰਨਾ ਛੱਡਤਾ, ਲੋਕ ਆਪਦੀ ਕਿਸਮਤ 'ਤੇ ਛੱਡਤੇ। ਉਹ ਸਿਰਫ ਆਪਦੀ 2022 ਦੀ ਕੁਰਸੀ, ਮੈਂ ਪ੍ਰਧਾਨ ਬਣ ਜਾਂ, ਮੈਂ ਮੁੱਖ ਮੰਤਰੀ ਬਣ ਜਾਂ। ਇਹ ਮੁੱਖ ਮੰਤਰੀ ਅਤੇ ਪ੍ਰਧਾਨ ਉਦੋਂ ਹੀ ਬਣੋਗੇ ਜੇ ਲੋਕ ਰਹਿਣਗੇ, ਜੇ ਲੋਕ ਹੀ ਨਾ ਰਹੇ ਤੁਸੀਂ ਕਾਹਦੇ ਮੁੱਖ ਮੰਤਰੀ, ਕਿਹਦੇ ਮੁੱਖ ਮੰਤਰੀ ਬਣੋਗੇ। ਸੋ ਇਹ ਲੜਾਈਆਂ ਛੱਡ ਕੇ ਕਿਰਪਾ ਕਰਕੇ ਜਿਹੜੀ ਲੋਕਾਂ ਦੀ ਸਿਹਤ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ, ਗੌਰਮੈਂਟ ਨੂੰ ਕਿੱਥੇ ਕੀ ਕਮੀਆਂ ਨੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਜ਼ਿਲ੍ਹੇ ਦਾ ਹਸਪਤਾਲ ਹੈ, ਐਂਬੂਲੈਂਸ ਉੱਥੇ ਜੀ, ਇਹ ਕਹਿੰਦੇ ਆ ਵਾਰ ਵਾਰ ਹਸਪਤਾਲ ਜਾਂਦੇ ਨੇ ਵੀ ਸਾਰੀਆਂ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਮੁਕੰਮਲ ਨੇ, ਪਰ ਤੁਸੀਂ ਐਂਬੂਲੈਂਸ ਵੀ ਦਿੱਤੀ, 4 ਐਂਬੂਲੈਂਸ ਡਾਕਟਰ ਦੱਸ ਰਿਹਾ ਸਿਵਲ ਹਸਪਤਾਲ 'ਚ ਨੇ, ਪਰ ਡਰਾਈਵਰ 2 ਨੇ, 24 ਘੰਟੇ ਚਲਾਉਣ ਵਾਸਤੇ ਸਿਰਫ 2 ਡਰਾਈਵਰ ਨੇ, ਲੋਕ ਉੱਥੇ ਬਿਲਕੁਲ ਰਹਿੰਦੇ ਆ। ਦੇਖੋ ਮੈਂ ਉਹੀ ਕਹਿੰਦਾ ਜੀ, ਵੈਂਟੀਲੇਟਰ ਜਿਹੜੇ ਨੇ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਕਬਾੜ 'ਚ ਪਏ ਨੇ, ਜਿਹੜੇ ਪ੍ਰਧਾਨ ਮੰਤਰੀ ਕੇਅਰ ਦੇ ਪੈਸੇ ਨਾਲ ਆਏ ਸੀ, ਕਹਿੰਦੇ ਜੀ ਚਲਾਉਣ ਵਾਸਤੇ ਸਾਡੇ ਕੋਲ ਬੰਦੇ ਹੈ ਨਹੀਂ। ਸੰਗਰੂਰ 'ਚ ਜਿਹੜਾ ਇੱਕ ਵੈਂਟੀਲੇਟਰ, ਉਹਨੂੰ ਚਲਾਉਣ ਵਾਸਤੇ ਬੰਦੇ ਹੈ ਨਹੀਂ। ਭਦੌੜ ਮੈਂ ਐਂਬੂਲੈਂਸ ਦਿੱਤੀ ਸੀ ਪਿਛਲੇ ਸਾਲ, ਉਹਨੂੰ ਚਲਾਉਣ ਵਾਸਤੇ ਬੰਦੇ ਹੈ ਨਹੀਂ, ਡਰਾਈਵਰ ਹੈ ਨਹੀਂ। ਇੱਥੇ ਜਿਹੜੀਆਂ ਦਿੱਤੀਆਂ ਕਹਿੰਦੇ ਚਲਾਉਣ ਵਾਸਤੇ ਬੰਦੇ ਹੈ ਨਹੀਂ। ਹੁਣ ਇਕਿਊਪਮੈਂਟ ਦੀ ਕੋਈ ਕਮੀ ਨਹੀਂ, ਸਾਡੀ ਇੱਛਾ ਸ਼ਕਤੀ 'ਚ ਕੋਈ ਕਮੀ ਨਹੀਂ, ਸਾਡੀ ਨੀਤ 'ਚ ਕੋਈ ਖੋਟ ਨਹੀਂ। ਅੱਗੇ ਬੰਦੇ ਤਾਂ ਉਹਨਾਂ ਨੇ ਰੱਖਣੇ ਨੇ ਨਾ। ਹੁਣ ਜਿਵੇਂ ਬੀਜੇਪੀ ਦਾ ਜਿਹੜਾ MP ਹੈ ਰਜੀਵ ਪ੍ਰਤਾਪ ਰੂਡੀ, ਉਹ ਆਪਦੇ ਘਰੇ ਖੜਾ ਹੀ ਖੜਾ 100 ਐਂਬੂਲੈਂਸ, ਕਹਿੰਦੇ ਡਰਾਈਵਰ ਹੈ ਨਹੀਂ। ਮਤਲਬ ਐਂਬੂਲੈਂਸ ਦੇਣਾ MP ਦਾ ਫਰਜ਼ ਹੈ, ਅਸੀਂ ਐਂਬੂਲੈਂਸ ਦੇ ਦਿੰਦੇ ਹਾਂ, ਪਰ ਨਾਲ ਡਰਾਈਵਰ ਤਾਂ ਪੰਜਾਬ ਸਰਕਾਰ ਨੂੰ ਦੇਣਾ ਪਊਗਾ ਨਾ। ਅਸੀਂ ਵੈਂਟੀਲੇਟਰ ਦੇ ਦਾਂਗੇ, ਪਰ ਨਾਲ ਡਾਕਟਰ ਤਾਂ ਪੰਜਾਬ ਸਰਕਾਰ ਨੂੰ ਦੇਣੇ ਪੈਣਗੇ ਨਾ। ਕੋਈ ਗੱਲ ਨਹੀਂ, ਇਹ ਸੰਕਟ ਦਾ ਮੌਕਾ ਹੈ, ਸੰਕਟ ਦੇ ਮੌਕੇ ਕਾਂਗਰਸ ਨੇ ਜੋ ਲੋਕਾਂ ਨਾਲ ਧੋਖਾ ਕੀਤਾ, ਇਹ ਲੋਕ ਯਾਦ ਰੱਖਣਗੇ। ਉਹ ਆਪਦੀਆਂ ਲੜਾਈਆਂ ਲੜੀ ਜਾਂਦੇ, ਅੱਜ ਵੀ ਉਹਨਾਂ ਦੀ ਕੋਈ ਕਰੋਨਾ ਬਾਰੇ ਕੋਈ ਮੁੱਖ ਮੰਤਰੀ ਅਪਡੇਟ ਨਹੀਂ ਕਰੂਗਾ, ਕਿੰਨੇ ਜਿਹੜੇ ਨੇ ਮਰੀਜ਼ ਆਏ ਨੇ, ਕਿੰਨੇ ਪੋਜ਼ਿਟਿਵ ਨੇ, ਕਿੰਨਾ ਪੋਜ਼ਿਟਿਵਿਟੀ ਰੇਟ ਆ, ਆਕਸੀਜਨ ਕਿੰਨੀ ਹੈ। ਨੋ, ਉੱਥੇ ਕਾਂਗਰਸ ਵੱਲੋਂ ਤਾਂ ਅਪਡੇਟ ਇਹੀ ਹੋਊਗੀ, ਚੰਡੀਗੜ੍ਹ 'ਚ ਫਲਾਨੇ ਦੇ ਘਰੇ 4 ਮਿਲੇ, ਫਲਾਨੇ ਦੇ ਘਰੇ 5 ਮਿਲੇ, ਫਲਾਨੇ ਦੇ ਘਰੇ 6 ਮਿਲੇ, ਸਿੱਧੂ ਨੇ ਐਂ ਕਹਿਤਾ, ਬਾਜਵਾ ਨੇ ਐਂ ਕਹਿਤਾ, ਚੰਨੀ ਨੇ ਐਂ ਕਹਿਤਾ। ਇਹ ਲੜਾਈਆਂ ਭਾਈ ਬਾਅਦ 'ਚ ਲੜ ਲਿਓ, ਪਹਿਲਾਂ ਲੋਕਾਂ ਦੀ ਸਿਹਤ ਦਾ ਖਿਆਲ ਕਰੋ। ਜੇ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਚੂਗੀ ਤਾਂ ਤੁਸੀਂ ਮੁੱਖ ਮੰਤਰੀ ਜਾਂ ਕੋਈ ਪ੍ਰਧਾਨ ਬਣੋਗੇ, ਬਣ ਜਿਓ ਬਾਅਦ 'ਚ, ਪਰ ਘੱਟੋ ਘੱਟ ਸੰਕਟ ਦੇ ਮੌਕੇ ਲੋਕਾਂ ਦਾ ਸਾਥ ਦਿਓ, ਰਾਜਨੀਤੀ ਤੋਂ ਉੱਪਰ ਉੱਠ ਕੇ। ਮਾਨ ਸਾਹਿਬ, ਲੋਕ ਬਿਲਕੁਲ ਰਹੇ ਨੇ ਹਸਪਤਾਲਾਂ ਵਿੱਚ, ਇੱਥੇ ਮੰਤਰੀ ਕਹਿ ਰਹੇ ਨੇ ਕਿ ਸਾਰੇ ਸਹੂਲਤਾਂ ਪੂਰੀਆਂ ਨੇ। ਜੇ ਐਂਬੂਲੈਂਸ ਹੈ ਜਿਹੜੀ ਤੁਸੀਂ ਕਹਿ ਰਹੇ ਤੁਸੀਂ ਦਿੱਤੀ ਸੀ, ਉਹਦਾ ਐਕਸੀਡੈਂਟ ਹੋਇਆ, ਉਹਦੇ 40,000 ਰੁਪਏ ਲੱਗਣਾ, ਉਹਦੀ ਕਬਾੜ ਕਰਕੇ ਆਪਣੇ ਜ਼ਿਲ੍ਹੇ ਦੇ 2009 ਮਾਡਲ ਜਿਹੜੀਆਂ ਐਂਬੂਲੈਂਸਾਂ ਚੱਲ ਰਹੀਆਂ ਨੇ, ਮਸਾਂ ਧੱਕੇ ਨਾਲ ਸਟਾਰਟ ਹੋ ਰਹੀਆਂ ਨੇ। ਆਪਣੇ ਜ਼ਿਲ੍ਹੇ ਦੇ ਮੰਤਰੀ ਸਾਹਿਬ ਨੇ, ਆਪਣੇ ਸ਼ਹਿਰ ਦੇ ਨੇ, ਉਹ ਕਦੋਂ ਦੇਖੀ ਤੁਸੀਂ ਆਖਰੀ ਵਾਰ? ਪਰਸੋਂ ਉੱਤੇ ਸਿਵਲ ਹਸਪਤਾਲ 'ਚ ਗੇੜਾ ਮਾਰ ਕੇ ਗਿਆ, ਕਹਿੰਦੇ ਸਾਰੀਆਂ ਸਿਹਤ ਸੁਵਿਧਾਵਾਂ ਜਿਹੜੀਆਂ ਉਹ ਮੁਕੰਮਲ ਨੇ। ਫੋਟੋ ਦੇਖੀ ਸੀ, ਕਿਸੇ ਪ੍ਰਕਾਰ ਦੀ ਫੋਟੋ ਦੇਖੀ ਹੈ, ਮੀਡੀਆ ਨੂੰ ਵੀ ਪਤਾ ਲੱਗਿਆ, ਨਹੀਂ ਦੱਸ ਦੂਗਾ, ਫੋਟੋ ਦੇਖੀ ਹੈ। ਉਹ ਕਦੋਂ ਦੇਖੇ ਸੀ ਤੁਸੀਂ ਆਖਰੀ ਵਾਰ? ਮੈਂ ਤਾਂ ਰਹਿੰਦੇ ਹੀ ਲੋਕਾਂ 'ਚ, ਮੈਨੂੰ ਕਹੀ ਜਾਂਦੇ ਫੇਸਬੁੱਕ 'ਤੇ ਦੇਖੀ ਸੀ, ਫੋਟੋ ਆਈ ਸੀ ਜੀ ਡੀਪੀਆਰ ਗੱਲ ਕੀਤੀ ਜਾ ਰਹੀ ਹੈ। PGI ਤਿਆਰ ਹੋ ਰਿਹਾ ਗਾ, ਜੋ ਉਹਨੂੰ ਰੈਡੀ ਵੀ ਹੋਇਆ ਪਿਆ, ਐਸੇ ਸੰਕਟ ਦੇ ਮੌਕੇ ਪਹਿਲ ਨਹੀਂ ਕਰਨੀ ਚਾਹੀਦੀ ਕਿ ਐਡੇ ਵੱਡੇ ਹਸਪੀਟਲ ਬਣ ਰਿਹਾ। ਜਦੋਂ ਇੱਛਾ ਹੀ ਨਹੀਂ ਹੈਗੀ ਜੀ, ਜਦੋਂ ਕੋਈ ਨੀਤ ਨਹੀਂ ਹੈਗੀ, ਕਰਨਾ ਹੀ ਨਹੀਂ ਜਦੋਂ ਕੰਮ ਕਰਨਾ ਹੁੰਦਾ ਤਾਂ 1 ਸਾਲ ਮਿਲ ਗਿਆ ਸੀਗਾ। ਸਭ ਤੋਂ ਪਹਿਲਾਂ ਪੰਜਾਬ ਨੇ ਕਰਫਿਊ ਲਾਇਆ ਸੀਗਾ 22 ਮਾਰਚ ਨੂੰ,
ठीक है ना, एक साल मिल गया सीगा पूरा। की कीता फिर एक साल च, वेंटीलेटर पूरे नहीं हुए, एंबूलेंसा है नहीं, ऑक्सीजन दे सिलेंडर है नहीं, हुण कही जांदे आ सानू होर ऑक्सीजन चाहिए, पहला क्यों नहीं तुसीं करके रखे, आप तो बैठे शिशमा वाले महल च, आप तो कदे बाहर निकले नहीं, सारे मंत्री उत्थे बैठे है। सो इस करके मैं यही कहूँगा कि ये टोटल फेलीयर है। तहां बीजेपी फेल हुई है, वो रैलियां करी गए ने, उन्होंने बड़े बड़े कट्ठ किए ने, तो हुण वह दोने नरेंद्र मोदी तो अमित शाह जी वह दोने जिहड़े ने गायब ने, जिहड़े गल गल ते मीडिया नाल जां ट्विटर ते ट्वीट करन वाले सीगे, अज वो लभदे नहीं। लाशां जिहड़ियां ने जिहड़ियां नदियां च लोग अहीं सुट के जा रहे हैं, और देखा नहीं जाता वो सीन कि शमशान घाटां दे विच किलो किलोमीटर लंबियां लाइनां लाशां दीआं पईआं ने, वेटिंग लिस्ट है, टोकन मिल रहे हैं, लोगों ने पोर्टेबल मशीनां चला लिया गलियां च, जिहड़े संस्कार करने वाली मशीन लैके आ रहे हैं, थोड़े घर मूहरे दो सिलेंडर ला के थोड़े घर घरद्या का जिहड़ा संस्कार है उत्थी करके थोनू अस्थियां दे जांदे ने। ये हालत कदे इंडिया ने देखी नहीं सी, ये बिशप गुरु बनाउण वाले ने, ये बिशप भिखारी बना के रखते। वैक्सीन जिहड़ी है वह दूजे मुल्कां नू वेची गए ने, पर आपदे वास्ते रखी नहीं, पता नहीं तो नोबल पुरस्कार की वेट करते सी, शायद तुहानू नोबल मिल जूगा, पर आपदे लोकां नू जिहड़ा मरण ते छड़ता। सो ये टोटल फेलीयर है, कांग्रेस भी फेल हुई है। भगवंत मान ने इल्जाम लाया कि पंजाब दे लोक हस्पतालां च बैड दवाइयां ते ऑक्सीजन लई लड़ाई लड़ रहे ने, ते सरकार पिंडां च मर रहे लोकां दी पूरी जानकारी नहीं दे रही। मान ने कहा कि पंजाब सरकार दा मिशन फतेह फेल हो चुका है, ते मरीजां नू मिशन फतेह तहत कोई किट नहीं मिल रही है। इस दे नाल ही उन्हां कहा कि सरकारी हस्पतालां च पई वेंटीलेटर कबाड़ बन रहे ने, उन्हां नू चलाउण लई भी सरकार कोल पूरे पुख्ता प्रबंध नहीं। इत्थे तुसीं देख लो पंजाब दे विच हुण इस वक्त मैं तुहानू आंकड़ा दस दिंदा, मई दा आंकड़ा जिहड़ा है संगरूर दा डैथ्स, जनवरी दीआं 6, फरवरी दीआं 3, मार्च दीआं 26 सरकारी है, इहनू असलियां समझ लिओ, अप्रैल दीआं 102, मई दीआं 11 दिनां च, अज 12 होई ना, 136। इहदा मतलब हजे 19 दिन पए ने, 20 दिन मई दे, तो इहदा मतलब तो फिर ये 500 तो उपर जाऊगा। सो ये घट रहा जां वध रहा? कहिंदे जी इह 14 दिन पहलां दा रिकॉर्ड है, क्योंकि 14 दिन पहलां जिहनूं होया सीगा उह मरे ने, इस करके अप्रैल वाले जिहड़े पॉजिटिव आए सी मई मई च आउणगे। जदों मर्जी ने मरे तो है कि नहीं ना, तुसीं उहदे वास्ते पहली क्यों नहीं प्रिपेयर करदे? हुण 14 दिनां दी गल करदे, एक साल मिलिया सी, क्यों साल बर्बाद कीता? हो एक साल दे विच कहिड़ियां सेहत सेवावां आ गईआं जिहड़ियां जिहदे नाल पंजाब दे लोक कहण हाँ असीं बिल्कुल ठीक हाँ, साडे इत्थे बैड भी मिल रहे ने, साडे ऑक्सीजन भी मिलदी है, वेंटीलेटर भी मिलदी। मैं तां उहनूं कहा मैथों मंगो जी जिहड़ा तुसीं लैणा है, मैनूं दसो कि इक्यूपमेंट की देईए। वेंटीलेटर कहिंदे जी चलाउण वाले बंदे है नहीं, एंबूलेंस ड्राइवर है नहीं, ऑक्सीजन सिलेंडर ओके हैगे ने जी, साडे कोल आउंदे आ बोकारो तो आउंदी है, मंडी गोबिंदगढ़ तो सिलेंडर आउंदे ने, उपली दे नेड़े कितें स्टोर है उत्थे कीते हुए ने, बाकी एस डी मां कोले ने। सो मैं तां जदों भी मैनूं सेहत मंत्रालय कोई कहूगा कि इत्थे आह दे दो आह दे दो, मैं पैसा लोकां दा जी अज तां उहनां ते लावांगे। सब सेहत सुविधावां दा जायजा लैण वास्ते तुसीं भी किसी हस्पताल दा जां सिविल हस्पताल दा दौरा कर रहे हो? मैं वैसे मेरी सारे जिहड़े SMOs जां CMO नाल गल हुंदी रहिंदी हर रोज़, सनाम भी, संगरूर भी, बरनाले भी, साडे MLAs ने, ओह सारे जांदे रहिंदे ने। सो जिथे लोड़ पैंदी है असीं ओह इमीजिएटली, जे किसी मरीज़ की कोई मुश्किल असीं नाल दी नाल उहदा हल कराउंदे, जे लैवल 3 वाला है तां उहनूं PGI जां फिर ਰਜਿੰਦਰਾ ਹਸਪੀਟਲ ਪਟਿਆਲਾ ਜਾਂ ਫਿਰ ਲੁਧਿਆਣੇ ਰੈਫਰ ਕੀਤਾ ਜਾਂਦਾ। ਫਤਿਹ ਕੀਤਾ ਤੁਹਾਡੇ ਆਮ ਆਦਮੀ ਪਾਰਟੀ ਦੇ ਆਗੂ ਮਿੰਕੂ ਜਵੰਦਾ ਨੇ ਕੱਲ੍ਹ ਬਹੁਤ 2-3 ਘੰਟੇ ਲਗਭਗ ਸਿਵਲ ਹਸਪਤਾਲ 'ਚ ਪਰਸੋਂ ਰੋਲਾ ਪਾਇਆ ਵੀ ਫਤਿਹ ਕਿੱਟ 6 ਘੰਟੇ ਮਰੀਜ਼ ਘੁੰਮਦਾ ਰਿਹਾ, ਫਤਿਹ ਕਿੱਟ ਨਹੀਂ ਮਿਲੀ। ਬਸ ਉਹ ਤਾਂ ਉਹ ਕਾਹਦੀ ਫਤਿਹ ਕਿੱਟ ਹੈ ਮੈਨੂੰ ਸਮਝੋ, ਉਹਦੇ 'ਚ ਕੀ ਹੈ? ਕੁਛ ਨਹੀਂ ਹੈਗਾ। ਉਹ ਤਾਂ ਐਵੇਂ ਆਪਦੇ ਵੱਲੋਂ ਇਹਨਾਂ ਨੇ ਉਹ ਡਾਕਟਰ ਜਿਹੜੇ ਪਿਛਲੇ ਸਾਲ ਰੱਖੇ ਸੀ ਅਤੇ ਨਰਸਾਂ ਜਿਹੜੇ ਹੈਲਥ ਵਰਕਰਸ 3 ਮਹੀਨਿਆਂ ਦਾ ਕੰਟਰੈਕਟ ਕਰਕੇ 3 ਮਹੀਨਿਆਂ ਬਾਅਦ ਕੱਢਦੇ ਹੋ, ਕਹਿੰਦੇ ਮਿਸ਼ਨ ਫਤਿਹ ਜਿਹੜਾ ਉਹ ਕੰਪਲੀਟ ਹੋ ਗਿਆ, ਕਰੋਨਾ ਖਤਮ, ਜਾਓ ਆਪਦੇ ਘਰਾਂ ਨੂੰ। ਅਤੇ ਹੁਣ ਫਿਰ ਉਹਨਾਂ ਨੂੰ ਬੁਲਾ ਰਹੇ ਨੇ, ਕਹਿੰਦੇ ਆ ਜਾਓ। ਉਹ ਪਹਿਲਾਂ ਪ੍ਰਾਈਵੇਟ ਜਿੱਥੇ ਕੰਮ ਕਰਦੇ ਸੀ ਉਹਨਾਂ ਜੋਗੇ ਵੀ ਨਹੀਂ ਰਹੇ ਹੋ। ਸੋ ਇਹ ਟੋਟਲ ਫੇਲੀਅਰ ਹੈ। ਇਹਨਾਂ ਨੂੰ ਜਿਵੇਂ ਦੱਸ ਦਿੰਦੇ ਅਫਸਰ, ਹਾਂਜੀ ਠੀਕ ਹੈ, ਬਹੁਤ ਵਧੀਆ ਤੁਹਾਡੇ ਰਾਜ 'ਚ, ਇੱਦੋਂ ਵਧੀਆ ਰਾਜ 'ਚ ਹੋਰ ਕੁਛ ਨਹੀਂ ਹੋ ਸਕਦਾ, ਉਹ ਉੱਥੋਂ ਪ੍ਰੈਸ ਕਾਨਫਰੰਸ ਕਰ ਦਿੰਦੇ ਆ। ਪਰ ਓਵਰਆਲ ਸਥਿਤੀ ਜਿਹੜੀ ਹੈ ਪੰਜਾਬ ਦੀ ਉਹ ਗੰਭੀਰ ਹੁੰਦੀ ਜਾ ਰਹੀ ਹੈ, ਦੇਸ਼ ਦੀ ਵੀ ਹੁੰਦੀ ਜਾ ਰਹੀ ਹੈ, ਪੰਜਾਬ ਵੀ ਦੇਸ਼ ਦਾ ਹਿੱਸਾ ਹੈ। ਤਾਂ ਇਹਦੇ ਵਾਸਤੇ ਇੱਛਾ ਸ਼ਕਤੀ, ਇਹਦੇ ਵਾਸਤੇ ਆ ਜਿਹੜੀਆਂ ਆਪਦੀਆਂ ਪ੍ਰਧਾਨਗੀਆਂ ਦੀਆਂ ਜਾਂ ਹੋਰ ਲੜਾਈਆਂ ਕੁਰਸੀ 'ਤੇ ਛੱਡ ਕੇ ਲੋਕਾਂ ਦੇ ਨਾਲ ਖੜਨ ਦੀ ਲੋੜ ਹੈ। ਸੰਕਟ ਵੇਲੇ ਆਮ ਲੋਕਾਂ ਦੇ ਹੱਥ ਪਿਆ ਜੀ। ਹਾਂਜੀ, ਕੈਪਟਨ ਦਾ ਮਿਸ਼ਨ ਫਤਿਹ ਕਿੱਥੇ ਹੈ ਇਸ ਟਾਈਮ, ਖੜਾ ਕਿੱਥੇ ਹੈ? ਮਿਸ਼ਨ ਫੇਲ ਹੋ ਗਿਆ, ਉਹ ਮਿਸ਼ਨ ਫਤਿਹ ਜਿਹੜਾ ਸੀ ਉਹ ਮਿਸ਼ਨ ਫੇਲ ਹੈ।
इतों पता लगता ना तो करोना के मरीज़ घटे ने ना ही किटा मिल रही ने ना ही कोई वेंटीलेटर की गल जी इतने फरीदकोट के कबाड़खाने के इन ज़्यादा वेंटीलेटर मिले ने वो फिर काका दे पब्लिक की मनी है जे पी एम केयर भी हैगी तो पब्लिक की मनी है ना सो गलत अंकड़े पेश किए जा रहे हैं शमशान घाट के अंकड़ों का तो सरकार के अंकड़ों का बहुत फर्क है पांच तो दस गुणा का फर्क है बीमारी इन्नी फैल रही है 150 दिन हो गए टीचर इतने बाहर बैठे ने 150 दिन तो सिंगले की कोठी बाहर बैठे सिंगल साहब खुद कोठी जी ने बड़े रेस्ट हाउस उन्होंने घर बना रखे देखो मैं तुम्हें दसी है ना कि लोग ऑक्सीजन तरस रहे हैं कोरोना के जोड़े मरीज़ ने बैड नू तरस रहे हैं टीचर जोड़े ने धरने दे रहे हैं दुकानदार जोड़े ने रैलियां कर रहे हैं किसान जोड़े ने धरने पर बैठे ने कई लगभग 5-6 महीने तो दिल्ली हो गए वो धरने पर बैठे ने तो मतलब कौन सुखी है पंजाब दे विच इस वक्त कोई सुखी वर्ग हैगा इत्थे किसी नू तनखाह नहीं मिली पेंशनर दुखी ने है जी स्कूल जोड़े ने सरकारी स्कूल वाले वो दुखी ने प्राइवेट स्कूल वाले दुखी ने यह इन्हों की अज फिर खबर चला दोगे तुम अज उन्होंने घर 8 कट्ठे हो गए उन्होंने घर 10 कट्ठे हो गए इन्हों मैं बेनती करनी चाहना ये प्रधानगियाँ ये मुख्यमंत्री दी कुर्सियां की लड़ाई बाद लड़ लियो पहला लोगों के जिंदगी की लड़ाई जी दस दी के पंजाब च लगातार वधदे कोरोना मामलों नूं लैके भगवंत मान ने कैप्टन सरकार नूं खूब खरियां खरियां सुनाईयां ते इस दे नाल ही उन्हां कहा कि अज पंजाब दी स्थिति गंभीर बनी हुई है सरकार नूं लोकां दी सेहत वल ध्यान देने दी लोड़ है ते सरकार दा फर्ज बनदा है कि कुर्सी दी लड़ाई छड्ड के लोकां दीआं कोरोना महामारी कारण हो रहीआं मौतां नूं गंभीर नाल लवे संगरूर तों संजीव गोयल पंजाबी लोक चैनल